integrating religious tradition with modern lifestyle? No one does it better than the EcoSikh Club in Ludhiana. This Washington-based organization is now spreading its roots at Ludhiana and beyond and held a state-level volunteer introduction meet at Sarabha Nagar Gurdwara. EcoSikh promotes environmental awareness among the young blood of Punjab with out-of-the-box, unmatched campaigns like Organic Langar, Green Nagar Kirtan and also Green Diwali. ਤਾਂ ਅਸੀਂ ਅੱਜ ਗ੍ਰੀਨ ਵਾਰੀਅਰਸ ਤਿਆਰ ਕਰ ਰਹੇ ਹਾਂ ਕਿਉਂਕਿ ਦੇਸ਼ ਨੂੰ ਆਜ਼ਾਦ ਕਰਾਤਾ ਪਰ ਜੋ ਸਾਡੀ ਧਰਤੀ ਮਾਂ ਹੈ ਉਹ ਅੱਜ ਉਹਦੀ ਕੰਡੀਸ਼ਨ ਠੀਕ ਨਹੀਂ ਹੈ। ਪਾਣੀ ਦਾ ਲੈਵਲ ਡਾਊਨ ਹੋ ਰਿਹਾ, ਹਰ ਚੀਜ਼ ਜਿਹੜੀ ਇਨਵਾਇਰਮੈਂਟ ਜਿਹੜੀ ਹੈ ਉਹ ਖਰਾਬ ਹੋ ਰਿਹਾ। ਤੋ ਆਪਾਂ ਗ੍ਰੀਨ ਵਾਰੀਅਰਸ ਤਿਆਰ ਕਰ ਰਹੇ ਹਾਂ ਜੋ ਕਿ ਇਨਵਾਇਰਮੈਂਟ ਨੂੰ ਬਚਾ ਸਕਣ। ਤੋ ਇਹਦੇ ਲਈ ਅੱਜ ਅਸੀਂ ਇੰਡਕਸ਼ਨ ਡੇ ਇੱਥੇ ਕੀਤਾ। ਤੋ ਅਸੀਂ ਕੈਲੰਡਰ ਵੀ ਇੱਕ ਰਿਲੀਜ਼ ਕਰ ਰਹੇ ਹਾਂ ਇੱਥੇ, ਉਹਦੇ ਵਿੱਚ ਜਿਹੜਾ ਹੁਣ 14 ਮਾਰਚ ਨੂੰ ਗੁਰੂ ਹਰਿ ਰਾਏ ਜੀ ਦਾ ਗੁਰਗੱਦੀ ਦਿਵਸ ਹੈ, ਉਹਦੇ 'ਚ ਅਸੀਂ ਡਿਫਰੈਂਟ ਪ੍ਰੋਗਰਾਮਸ ਉਲੀਕ ਰਹੇ ਹਾਂ ਕਿ ਪਲਾਂਟੇਸ਼ਨ ਡਰਾਈਵ ਹੈ ਜਾਂ ਉਹਦੇ 'ਚ ਹੋਰ ਗ੍ਰੀਨ ਨਗਰ ਕੀਰਤਨ ਹੈ ਜਾਂ ਹੋਰ ਕਿਸ ਤਰ੍ਹਾਂ ਚੀਜ਼ਾਂ ਅਪਣਾਈਆਂ ਜਾ ਸਕਦੀਆਂ। ਫਿਰ ਅਸੀਂ ਗ੍ਰੀਨ ਵਿਸਾਖੀ, ਤੁਸੀਂ ਦੇਖੋਗੇ ਕਿ ਜਿਵੇਂ ਲੰਗਰ ਹੁੰਦੇ ਆ ਉਹਦੇ ਪਿੱਛੇ ਕਾਫੀ ਸਟਾਇਰੋਫੋਨ ਜਾਂ ਪਲਾਸਟਿਕ ਯੂਜ਼ ਹੁੰਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਘਟਾਇਆ ਜਾ ਸਕੇ, ਉਹਦਾ ਕੋਈ ਆਲਟਰਨੇਟ ਹੋਰ ਅਸੀਂ ਦੇ ਸਕੀਏ। ਦੇਅਰ ਏਮ ਇਜ਼ ਟੂ ਕ੍ਰੀਏਟ ਇੰਸਪਾਇਰਿੰਗ ਯੰਗ ਲੀਡਰਸ ਹੂ ਕੈਨ ਫਾਈਟ ਫਾਰ ਪੰਜਾਬਸ ਡਿਵੈਲਪਮੈਂਟ ਵਾਇਲ ਕੀਪਿੰਗ ਦ ਇਕੋਲੋਜੀਕਲ ਬੈਲੈਂਸ ਅਪਰਾਈਟ। EcoSikh India's project manager Ravneet Singh was glad to see the encouraging response by the youth of Ludhiana and talked about the purpose behind this campaign. EcoSikh encourages youth to understand the urgency of ecological imbalance in Punjab and engages the community to contribute through reducing water misuse, air pollution and other eventful campaigns. There is a lack of conviction ki main kar rahe hain theek kar rahe hain ki nahi kar rahe hain, ki main itna chhota kaam kar rahe hain ਇਹਦਾ ਕੀ ਫਰਕ ਹੋਏਗਾ, ਰਾਈਟ? ਓਨਲੀ ਥਿੰਕ ਯੂ ਥਿੰਕ ਆਫ ਕਿ ਮੈਨ ਇਹ ਪਲਾਸਟਿਕ ਬੋਤਲ 'ਚ ਪਾਣੀ ਨਹੀਂ ਪੀ ਰਿਹਾ ਤਾਂ ਫਿਰ ਕੀ ਹੋਇਆ, ਜਿਹੜਾ 10,000 ਆਫ ਦਮ ਸੋਲਡ ਐਵਰੀ ਮਿੰਟ। ਬਟ ਦੈਟ ਇਜ਼ ਵਾਟ ਆਈ ਐਮ ਟ੍ਰਾਇੰਗ ਟੂ ਐਕਸਪਲੇਨ, ਦੈਟ ਇਜ਼ ਅ ਬਟਰਫਲਾਈ ਇਫੈਕਟ। ਤੁਸੀਂ ਇੱਕ ਚੀਜ਼ ਕਰੋ, ਆਪਣੇ ਆਪ ਕਰੋ, ਐਂਡ ਯੂ ਸੀ ਹਾਊ ਇਟ ਗਰੋਜ਼। ਦੀ ਮੋਸਟ ਵੰਡਰਫੁਲ ਥਿੰਗ ਅਬਾਊਟ ਨੇਚਰ ਇਜ਼ ਦੈਟ ਇਟ ਇਜ਼ ਅਲਾਈਵ, ਇਹ ਜਿਉਂਦਾ ਹੈ। ਅਤੇ ਜੇ ਤੁਸੀਂ ਇਹਨੂੰ ਪਿਆਰ ਕਰੋਗੇ ਨਾ, ਇਹ ਤੁਹਾਨੂੰ ਵਾਪਸ ਪਿਆਰ ਕਰੇਗਾ। ਤੁਸੀਂ ਕੁਝ ਲੈਣਾ ਨਹੀਂ ਹੈ, ਤੁਸੀਂ ਕੁਝ ਦੇਣਾ ਨਹੀਂ ਹੈ। ਤੁਸੀਂ ਇਹ ਨਾ ਸੋਚੋ ਤੁਸੀਂ ਕੁਝ ਦੇ ਰਹੇ ਹੋ, ਤੁਸੀਂ ਬਸ ਆਪਣਾ ਪਿਆਰ ਕਰ ਰਹੇ ਹੋ। ਐਂਡ ਦ ਵੇ ਯੂ ਲਵ, ਯੂ ਵਿਲ ਗੈਟ ਲਵ ਬੈਕ। ਵਿਦ ਇਟਸ ਫਾਸਟ ਐਕਸਪੀਰੀਅੰਸ ਇਨ 18 ਕੰਟਰੀਜ਼, ਦ EcoSikh ਪ੍ਰੋਜੈਕਟ ਇਜ਼ ਅ ਰਿਮਾਰਕੇਬਲ ਇਨੀਸ਼ੀਏਟਿਵ ਟੇਕਿੰਗ ਫਲਾਈਟ ਇਨ ਲੁਧਿਆਨਾ। ਅਸੀਂ ਅੱਜ ਇੱਥੋਂ ਜਿੰਨੇ ਵੀ ਵਾਲੰਟੀਅਰਸ ਆਏ ਨੇ ਉਹਨਾਂ ਨੂੰ ਗ੍ਰੀਨ ਵਾਰੀਅਰਸ ਨਾਮ ਦੇ ਰਹੇ ਹਾਂ, ਅਤੇ ਉਹ ਵਾਰੀਅਰਸ ਬਣਾ ਕੇ ਭੇਜੀਏ ਤਾਂ ਕਿ ਜਿਹੜਾ ਇਹ ਵਾਤਾਵਰਨ ਦਾ ਖਤਰਾ ਸਾਡੇ ਸਾਹਮਣੇ ਬਣ ਰਿਹਾ, ਇਹ ਥਰੈਟ ਜੋ ਸਾਨੂੰ ਸਾਰਿਆਂ ਨੂੰ ਫੇਸ ਕਰਨੀ ਪੈ ਰਹੀ ਹੈ, ਉਹਨੂੰ ਚੰਗੀ ਤਰ੍ਹਾਂ ਦੇ ਨਾਲ ਨਜਿੱਠਣ ਉਸ ਪ੍ਰੋਬਲਮ ਨੂੰ, ਅਤੇ ਜਿੱਥੇ ਜਿੱਥੋਂ ਉਹ ਆਏ ਨੇ ਉੱਥੇ ਜਾ ਕੇ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਥ ਦਾ ਸੁਨੇਹਾ ਜਿਹੜਾ ਸਾਡੇ ਗੁਰੂਆਂ ਤੋਂ ਸਾਨੂੰ ਮਿਲਿਆ ਉਹ ਅਸੀਂ ਉਹਨੂੰ ਫੈਲਾਈਏ।